ਮੁੰਡੇ ਵੱਲੋਂ ਵਿਆਹ ਤੋਂ ਇਨਕਾਰ ਕਰ ਦੇਣ ਤੇ ਬਾਕਸਿੰਗ ਖਿਡਾਰਨ ਨੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮਾਮਲਾ ਹੈ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਪੱਖੋਂ ਕੇ ਟਾਲੀ ਸਾਹਿਬ ਦਾ, ਜਿੱਥੋਂ ਦੀ ਬਾਕਸਿੰਗ ਦੀ ਖਿਡਾਰਨ ਸਿੰਮੀ ਸਹੋਤਾ 24 ਸਾਲ ਜੋ ਕਿ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਡੇਰਾ ਬਾਬਾ ਨਾਨਕ ਵਿਖੇ ਪ੍ਰੈਕਟਿਸ ਕਰਿਆ ਕਰਦੀ ਸੀ। ਉਸ ਦੇ ਨਾਲ ਰੋਹਿਤ ਕੁਮਾਰ ਵਾਸੀ ਡੇਰਾ ਬਾਬਾ ਨਾਨਕ ਵੀ ਪ੍ਰੈਕਟਿਸ ਕਰਦਾ ਸੀ, ਜਿਸ ਦੇ ਚੱਲਦਿਆਂ ਇਹਨਾਂ ਦੀ ਆਪਸ ਵਿੱਚ ਦੋਸਤੀ ਹੋ ਗਈ ਅਤੇ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿਣ ਲੱਗੇ। ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਇਸ ਦੇ ਬਾਅਦ ਉਕਤ ਨੌਜਵਾਨ ਦੇ ਭਰਾ ਸੰਦੀਪ ਕੁਮਾਰ ਨੇ ਇਹਨਾਂ ਦੋਵਾਂ ਨੂੰ ਹੁਸ਼ਿਆਰਪੁਰ ਵਿਖੇ ਬੁਲਾਇਆ ਅਤੇ ਆਪਸ ਦੇ ਵਿੱਚ ਵਿਆਹ ਕਰਵਾਉਣ ਦੇ ਲਈ ਰਾਜ਼ੀ ਵੀ ਕਰ ਲਿਆ, ਜਿੱਥੇ ਰੋਹਿਤ ਨੇ ਕੁੜੀ ਦੇ ਨਾਲ ਸਰੀਰਕ ਸੰਬੰਧ ਬਣਾਏ। ਉਸ ਤੋਂ ਬਾਅਦ ਰੋਹਿਤ ਨੇ ਕੁੜੀ ਨੂੰ ਕਿਹਾ ਕਿ ਮੈਂ ਹੁਣ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਗਿਆ ਹਾਂ ਅਤੇ ਤੇਰੇ ਨਾਲ ਵਿਆਹ ਕਰਵਾ ਲਵਾਂਗਾ, ਜਿਸ ਦੇ ਚੱਲਦਿਆਂ ਉਹ ਗਰਭਵਤੀ ਹੋ ਗਈ ਤਾਂ ਉਸ ਨੂੰ ਵਿਆਹ ਕਰਵਾਉਣ ਦੇ ਲਈ ਆਖਦੀ ਰਹੀ, ਪਰ ਉਕਤ ਨੌਜਵਾਨ ਟਾਲਮਟੋਲ ਕਰਦਾ ਰਿਹਾ ਅਤੇ ਲੜਕੀ ਦਾ ਅਬੋਰਸ਼ਨ ਵੀ ਕਰਵਾ ਦਿੱਤਾ। ਉਪਰੰਤ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਤੋਂ ਦੁਖੀ ਹੋ ਕੇ ਸਿੰਮੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਡੇਰਾ ਬਾਬਾ ਨਾਨਕ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਦੇ ਲਈ। ਉਹ ਪਤਾ ਕੁੜੀ ਮੇਰੀ ਗੇਮਾਂ ਖੇਡਦੀ ਹੁੰਦੀ ਸੀ, ਗਰਾਊਂਡ ਜਾਂਦੀ ਹੁੰਦੀ ਸੀ, ਖੇਡ ਕੇ ਆਉਂਦੀ ਹੁੰਦੀ ਸੀ। ਇਹਨੇ ਮੁੜ ਕੇ ਕਿਤੇ ਮੁੰਡਾ ਵੀ ਜਾਂਦਾ ਹੁੰਦਾ ਸੀ, ਇਹਨਾਂ ਦੇ ਮੇਲ ਮਿਲਾਪ ਹੋ ਗਏ, ਉੱਧਰੋਂ ਕਿਤੇ ਮਿਲਦੇ ਗਿਲਦੇ ਰਹੇ ਆ। ਵਿਆਹ ਤਾਂ ਝਾਸਾ ਇਹਨੂੰ ਦਿੱਤਾ ਉਹਨੇ ਕਿ ਕੋਈ ਗੱਲ ਨਹੀਂ ਆ, ਸਿੰਮੋ ਆਪਾਂ ਵਿਆਹ ਕਰਾ ਲਾਂਗੇ, ਕੀ ਉਹਦਾ ਨਾਂ ਵਾ। ਉਹ ਤਾਂ ਨਾ 8 ਸਾਲ ਹੋ ਗਏ ਸੀ, ਸਾਨੂੰ ਨਹੀਂ ਪਤਾ ਹੈਗਾ, ਦੱਸਦੇ ਨਹੀਂ ਘਰ ਹੁੰਦੇ, ਉਹ ਵੀ ਨਹੀਂ ਦੱਸਦੇ ਹੁੰਦੇ ਕਿ ਉਹਦੇ ਨਾਲ ਘਰ ਹੈ। ਇੱਦਾਂ ਚਲੋ ਗੁੱਜੀ ਗੁੱਜੀ ਗੱਲ ਬੱਚੇ ਕਰਦੇ, ਸਾਨੂੰ ਨਹੀਂ ਪਤਾ ਹੈਗਾ ਆਪਾਂ ਕੀ ਉਹਦਾ ਨਾਂ ਵਾ। ਉਹ ਤਾਂ ਨਾ ਪਿਆ ਕੀ ਉਹਦਾ ਨਾਂ, ਇਹਨੇ ਤਾਂ ਅੱਛਾ ਉਹ ਤਾਂ ਨਾ ਪਿਆ ਪ੍ਰੈਗਟਨ ਵੀ ਨਾ ਪਿਆ ਕੀਤਾ ਵਾ, 3 ਵਾਰੀ ਹੋਈ ਆ ਬੋਸ਼ਨ ਕਰਵਾਇਆ ਇਹਨੇ, ਚੋਰੀ ਚੋਰੀ ਸਾਡੇ ਤੋਂ ਕਰਾਏ ਆ। ਸੰਦੀਪ ਉਹਦਾ ਭਰਾ ਦੇ ਨਾਲ ਕੀ ਉਹਦਾ ਨਾਂ ਵਾ, ਇਹਨੇ ਨਾ ਇਹਦਾ ਜਿਹੜਾ ਸੰਦੀਪ ਆ ਭਰਾ ਵਾ, ਪਹਿਲੀ ਵਾਰੀ ਇਹਨੇ ਖੜਿਆ ਵਾ ਹੁਸ਼ਿਆਰਪੁਰ, ਹੁਸ਼ਿਆਰਪੁਰ ਖੜ ਕੇ ਇਹਨੇ ਨਾ ਮੇਲ ਮਿਲਾ ਕੀਤੇ ਆ, ਆਪਣੇ ਨਾ ਚਾਚੇ ਘਰ ਇਹਨੇ ਕੀਤੇ ਆ ਮੇਲ ਮਿਲਾ ਕਰਾਏ ਆ ਇਹਨੇ, ਕਰਾ ਕੇ ਅਤੇ ਮੁੜ ਕੇ ਇਹਨਾਂ ਦਾ ਬਸ ਅੱਗੇ ਤੋਂ ਅੱਗੇ ਵੱਧਦਾ ਰਿਹਾ ਵਾ। ਕੀ ਦਿਨਾਂ ਇਹਨੂੰ ਮੁੜ ਕੇ ਵਿਆਹ ਦਾ ਝਾਸਾ ਦੇ ਜਾਂਦਾ ਰਿਹਾ, ਜਿੱਥੇ ਨੂੰ ਉੱਥੇ ਲੈ ਜਾਂਦਾ ਰਿਹਾ ਵਾ। ਇੱਦਾਂ ਕੀ ਉਹਦਾ ਨਾਂ ਵਾ, ਮੁੰਡੇ ਦਾ ਨਾਂ ਹੈਗਾ ਵਾ ਰੋਹਿਤ ਕੁਮਾਰ ਆ, ਰੋਹਿਤ ਕੁਮਾਰ ਆ ਭਾਅ ਜੀ ਮੁੰਡੇ ਦਾ ਨਾਂ। ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਇੱਕ ਸੁਸਾਈਡ ਅਟੈਂਪਟ ਹੋਇਆ, ਜਦੋਂ ਅਸੀਂ ਇੱਕ IO ਆਪਣਾ IO ਹੋਸਪਿਟਲ ਭੇਜਿਆ ਅਤੇ ਉਹਦੀ ਡਿਊਰਿੰਗ ਟ੍ਰੀਟਮੈਂਟ ਉਹਦੀ ਡੈਥ ਹੋ ਗਈ। ਜਦੋਂ ਉਹਦੀ ਇਨਵੈਸਟੀਗੇਸ਼ਨ ਕੀਤੀ, ਜਦੋਂ ਸਾਨੂੰ ਪਤਾ ਲੱਗਾ ਉਹ ਕੁੜੀ ਦੇ ਰਿਲੇਸ਼ਨ ਸੀ ਇੱਕ ਰੋਹਿਤ ਨਾਮ ਦਾ ਮੁੰਡਾ ਜੋ ਕਿ ਪੁਲਿਸ ਡਿਪਾਰਟਮੈਂਟ ਦੇ ਵਿੱਚ ਭਰਤੀ ਹੈ, ਉਹ ਜਦੋਂ ਅਸੀਂ ਉਹਨਾਂ ਨੂੰ ਦੇਖਿਆ ਅਤੇ ਇਹਨਾਂ ਦੇ ਰਿਲੇਸ਼ਨ ਉਦੋਂ ਤੋਂ ਸੀਗੇ ਜਦੋਂ ਤੋਂ ਕਿਤੇ ਭਰਤੀ ਦੀ ਤਿਆਰੀ ਟੈਸਟ ਗਰਾਊਂਡ ਦੇ ਵਿੱਚ ਤਿਆਰੀ ਕਰਦੇ ਹੁੰਦੇ ਸੀਗੇ, ਤਕਰੀਬਨ 2018-19 ਦੀ ਗੱਲ ਹੈਗੀ। ਉਹਦੇ ਵਿੱਚ ਉਹ ਰਿਲੇਸ਼ਨ ਦੇ ਵਿੱਚ ਸੀ ਅਤੇ ਉਹ ਕੁੜੀ ਹੁਣ ਉਹਨੂੰ ਵਾਰ ਵਿਆਹ ਲਈ ਕਹਿ ਰਹੀ ਸੀ ਅਤੇ ਉਹ ਮੁੰਡਾ ਪਿੱਛੇ ਹੋ ਰਿਹਾ ਸੀ, ਸੋ ਡੈਟਸ ਵਾਈ ਆ ਜਿਹੜੀ ਇੰਸੀਡੈਂਟ ਇਹ ਹੋਇਆ। ਕਾਰਵਾਈ ਅਸੀਂ ਮੁਕੱਦਮਾ ਨੰਬਰ 119/23 ਅਸੀਂ ਅੰਡਰ ਸੈਕਸ਼ਨ 306 ਦੇ ਵਿੱਚ ਦਰਜ ਕੀਤਾ ਹੈਗਾ ਰੋਹਿਤ ਅਤੇ ਉਹਦਾ ਭਰਾ ਸੰਦੀਪ ਦੇ ਖਿਲਾਫ਼। ਅਸੀਂ ਉਹਦੇ ਵਾਸਤੇ ਰੇਡ ਕਰ ਰਹੇ ਹਾਂ ਜੀ, ਉਹ ਆਪਣੀ ਕਾਰ ਅਵੇਲੇਬਲ ਨਹੀਂ ਹੈ, ਉਹਦੇ ਵਾਸਤੇ ਅਸੀਂ ਰੇਡ ਲੈ ਸੋਰਸ ਲਾਏ।